मैनू गिरफ्तार किया। मैं तुहानू दिखाउणा चाहुंदा जिहड़ी वीडियो भेज रहा कि दारू का जखीरा और नशे नाल हमेशा दारू नाल जिहड़ा टुन रहिंदा घट्टो घट्ट 8-10 बोतलां इहदी गड्डी दे विच जिहड़ियां सी जिहड़ियां मैं डिग्गी च रखाइयां। मैं कहा अज संगरांद दा दिहाड़ा मैं बाबा बुढ़ा साहिब चलिया सी इहनू कढो। इस करके ये हालात तुसीं वेख लो अज इहो जिहियां जिहड़े इहनां दे जिहड़े जनतक करने सी जिहड़े चिट्ठे मैं खोलणे सी तां करके मैनूं सवेरे 4:30 बजे जदों धन धन बाबा बुढ़ा साहिब दे दर्शन वाली मैं जा रहा सी तां मैनूं इहनां ने घरों रैसट कर लिया। कोई नहीं फिक्र ना करो सारे जने तकड़े रहो मैं तुहाडे नाल हां। ਤੁਹਾਡਾ ਆਸ਼ੀਰਵਾਦ ਤੇ ਪਿਆਰ ਚਾਹੀਦਾ ਭਰਾਵਾਂ ਦਾ। ਕੋਈ ਗੱਲ ਨਹੀਂ ਇਹੋ ਜਿਹੀਆਂ ਜੇਲ੍ਹਾਂ ਤਾਂ ਆਈਆਂ ਤੇ ਗਈਆਂ। ਧੰਨਵਾਦ। ਇਹ DSP ਜੀਰਾ ਦੀ ਗੱਡੀ ਹੈ ਜਿਹਦੇ 'ਚ ਮੈਨੂੰ ਗ੍ਰਿਫਤਾਰ ਕੀਤਾ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜੀ ਵੀਡੀਓ ਭੇਜ ਰਿਹਾ ਕਿ ਦਾਰੂ ਦਾ ਜ਼ਖੀਰਾ ਔਰ ਨਸ਼ੇ ਨਾਲ ਹਮੇਸ਼ਾ ਦਾਰੂ ਨਾਲ ਜਿਹੜਾ ਟੁੰਨ ਰਹਿੰਦਾ ਘੱਟੋ ਘੱਟ 8-10 ਬੋਤਲਾਂ ਇਹਦੀ ਗੱਡੀ ਦੇ ਵਿੱਚ ਜਿਹੜੀਆਂ ਸੀ ਜਿਹੜੀਆਂ ਮੈਂ ਡਿੱਗੀ 'ਚ ਰਖਾਈਆਂ। ਮੈਂ ਕਿਹਾ ਅੱਜ ਸੰਗਰਾਂਦ ਦਾ ਦਿਹਾੜਾ ਮੈਂ ਬਾਬਾ ਬੁੱਢਾ ਸਾਹਿਬ ਚੱਲਿਆ ਸੀ ਇਹਨੂੰ ਕੱਢੋ। ਇਸ ਕਰਕੇ ਇਹ ਹਾਲਾਤ ਤੁਸੀਂ ਵੇਖ ਲਓ ਅੱਜ ਇਹੋ ਜਿਹੀਆਂ ਜਿਹੜੇ ਇਹਨਾਂ ਦੇ ਜਿਹੜੇ ਜਨਤਕ ਕਰਨੇ ਸੀ ਜਿਹੜੇ ਚਿੱਠੇ ਮੈਂ ਖੋਲਣੇ ਸੀ ਤਾਂ ਕਰਕੇ ਮੈਨੂੰ ਸਵੇਰੇ 4:30 ਵਜੇ ਜਦੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਵਾਲੀ ਮੈਂ ਜਾ ਰਿਹਾ ਸੀ ਤਾਂ ਮੈਨੂੰ ਇਹਨਾਂ ਨੇ ਘਰੋਂ ਰੈਸਟ ਕਰ ਲਿਆ। ਕੋਈ ਨਹੀਂ ਫਿਕਰ ਨਾ ਕਰੋ ਸਾਰੇ ਜਣੇ ਤਕੜੇ ਰਹੋ ਮੈਂ ਤੁਹਾਡੇ ਨਾਲ ਹਾਂ। ਤੁਹਾਡਾ ਆਸ਼ੀਰਵਾਦ ਤੇ ਪਿਆਰ ਚਾਹੀਦਾ ਭਰਾਵਾਂ ਦਾ। ਕੋਈ ਗੱਲ ਨਹੀਂ ਇਹੋ ਜਿਹੀਆਂ ਜੇਲ੍ਹਾਂ ਤਾਂ ਆਈਆਂ ਤੇ ਗਈਆਂ। ਧੰਨਵਾਦ। ਇਹ DSP ਜੀਰਾ ਦੀ ਗੱਡੀ ਹੈ ਜਿਹਦੇ 'ਚ ਮੈਨੂੰ ਗ੍ਰਿਫਤਾਰ ਕੀਤਾ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜੀ ਵੀਡੀਓ ਭੇਜ ਰਿਹਾ ਕਿ ਦਾਰੂ ਦਾ ਜ਼ਖੀਰਾ ਔਰ ਨਸ਼ੇ ਨਾਲ ਹਮੇਸ਼ਾ ਦਾਰੂ ਨਾਲ ਜਿਹੜਾ ਟੁੰਨ ਰਹਿੰਦਾ ਘੱਟੋ ਘੱਟ 8-10 ਬੋਤਲਾਂ ਇਹਦੀ ਗੱਡੀ ਦੇ ਵਿੱਚ ਜਿਹੜੀਆਂ ਸੀ ਜਿਹੜੀਆਂ ਮੈਂ ਡਿੱਗੀ 'ਚ ਰਖਾਈਆਂ। ਮੈਂ ਕਿਹਾ ਅੱਜ ਸੰਗਰਾਂਦ ਦਾ ਦਿਹਾੜਾ ਮੈਂ ਬਾਬਾ ਬੁੱਢਾ ਸਾਹਿਬ ਚੱਲਿਆ ਸੀ ਇਹਨੂੰ ਕੱਢੋ। ਇਸ ਕਰਕੇ ਇਹ ਹਾਲਾਤ ਤੁਸੀਂ ਵੇਖ ਲਓ ਅੱਜ ਇਹੋ ਜਿਹੀਆਂ ਜਿਹੜੇ ਇਹਨਾਂ ਦੇ ਜਿਹੜੇ ਜਨਤਕ ਕਰਨੇ ਸੀ ਜਿਹੜੇ ਚਿੱਠੇ ਮੈਂ ਖੋਲਣੇ ਸੀ ਤਾਂ ਕਰਕੇ ਮੈਨੂੰ ਸਵੇਰੇ 4:30 ਵਜੇ ਜਦੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਵਾਲੀ ਮੈਂ ਜਾ ਰਿਹਾ ਸੀ ਤਾਂ ਮੈਨੂੰ ਇਹਨਾਂ ਨੇ ਘਰੋਂ ਰੈਸਟ ਕਰ ਲਿਆ। ਕੋਈ ਨਹੀਂ ਫਿਕਰ ਨਾ ਕਰੋ ਸਾਰੇ ਜਣੇ ਤਕੜੇ ਰਹੋ ਮੈਂ ਤੁਹਾਡੇ ਨਾਲ ਹਾਂ। ਤੁਹਾਡਾ ਆਸ਼ੀਰਵਾਦ ਤੇ ਪਿਆਰ ਚਾਹੀਦਾ ਭਰਾਵਾਂ ਦਾ। ਕੋਈ ਗੱਲ ਨਹੀਂ ਇਹੋ ਜਿਹੀਆਂ ਜੇਲ੍ਹਾਂ ਤਾਂ ਆਈਆਂ ਤੇ ਗਈਆਂ। ਧੰਨਵਾਦ। ਇਹ DSP ਜੀਰਾ ਦੀ ਗੱਡੀ ਹੈ ਜਿਹਦੇ 'ਚ ਮੈਨੂੰ ਗ੍ਰਿਫਤਾਰ ਕੀਤਾ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜੀ ਵੀਡੀਓ ਭੇਜ ਰਿਹਾ ਕਿ ਦਾਰੂ ਦਾ ਜ਼ਖੀਰਾ ਔਰ ਨਸ਼ੇ ਨਾਲ ਹਮੇਸ਼ਾ ਦਾਰੂ ਨਾਲ ਜਿਹੜਾ ਟੁੰਨ ਰਹਿੰਦਾ ਘੱਟੋ ਘੱਟ 8-10 ਬੋਤਲਾਂ ਇਹਦੀ ਗੱਡੀ ਦੇ ਵਿੱਚ ਜਿਹੜੀਆਂ ਸੀ ਜਿਹੜੀਆਂ ਮੈਂ ਡਿੱਗੀ 'ਚ ਰਖਾਈਆਂ। ਮੈਂ ਕਿਹਾ ਅੱਜ ਸੰਗਰਾਂਦ ਦਾ ਦਿਹਾੜਾ ਮੈਂ ਬਾਬਾ ਬੁੱਢਾ ਸਾਹਿਬ ਚੱਲਿਆ ਸੀ ਇਹਨੂੰ ਕੱਢੋ। ਇਸ ਕਰਕੇ ਇਹ ਹਾਲਾਤ ਤੁਸੀਂ ਵੇਖ ਲਓ ਅੱਜ ਇਹੋ ਜਿਹੀਆਂ ਜਿਹੜੇ ਇਹਨਾਂ ਦੇ ਜਿਹੜੇ ਜਨਤਕ ਕਰਨੇ ਸੀ ਜਿਹੜੇ ਚਿੱਠੇ ਮੈਂ ਖੋਲਣੇ ਸੀ ਤਾਂ ਕਰਕੇ ਮੈਨੂੰ ਸਵੇਰੇ 4:30 ਵਜੇ ਜਦੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਵਾਲੀ ਮੈਂ ਜਾ ਰਿਹਾ ਸੀ ਤਾਂ ਮੈਨੂੰ ਇਹਨਾਂ ਨੇ ਘਰੋਂ ਰੈਸਟ ਕਰ ਲਿਆ। ਕੋਈ ਨਹੀਂ ਫਿਕਰ ਨਾ ਕਰੋ ਸਾਰੇ ਜਣੇ ਤਕੜੇ ਰਹੋ ਮੈਂ ਤੁਹਾਡੇ ਨਾਲ ਹਾਂ। ਤੁਹਾਡਾ ਆਸ਼ੀਰਵਾਦ ਤੇ ਪਿਆਰ ਚਾਹੀਦਾ ਭਰਾਵਾਂ ਦਾ। ਕੋਈ ਗੱਲ ਨਹੀਂ ਇਹੋ ਜਿਹੀਆਂ ਜੇਲ੍ਹਾਂ ਤਾਂ ਆਈਆਂ ਤੇ ਗਈਆਂ। ਧੰਨਵਾਦ। ਇਹ DSP ਜੀਰਾ ਦੀ ਗੱਡੀ ਹੈ ਜਿਹਦੇ 'ਚ ਮੈਨੂੰ ਗ੍ਰਿਫਤਾਰ ਕੀਤਾ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜੀ ਵੀਡੀਓ ਭੇਜ ਰਿਹਾ ਕਿ ਦਾਰੂ ਦਾ ਜ਼ਖੀਰਾ ਔਰ ਨਸ਼ੇ ਨਾਲ ਹਮੇਸ਼ਾ ਦਾਰੂ ਨਾਲ ਜਿਹੜਾ ਟੁੰਨ ਰਹਿੰਦਾ ਘੱਟੋ ਘੱਟ 8-10 ਬੋਤਲਾਂ ਇਹਦੀ ਗੱਡੀ ਦੇ ਵਿੱਚ ਜਿਹੜੀਆਂ ਸੀ ਜਿਹੜੀਆਂ ਮੈਂ ਡਿੱਗੀ 'ਚ ਰਖਾਈਆਂ। ਮੈਂ ਕਿਹਾ ਅੱਜ ਸੰਗਰਾਂਦ ਦਾ ਦਿਹਾੜਾ ਮੈਂ ਬਾਬਾ ਬੁੱਢਾ ਸਾਹਿਬ ਚੱਲਿਆ ਸੀ ਇਹਨੂੰ ਕੱਢੋ। ਇਸ ਕਰਕੇ ਇਹ ਹਾਲਾਤ ਤੁਸੀਂ ਵੇਖ ਲਓ ਅੱਜ ਇਹੋ ਜਿਹੀਆਂ ਜਿਹੜੇ ਇਹਨਾਂ ਦੇ ਜਿਹੜੇ ਜਨਤਕ ਕਰਨੇ ਸੀ ਜਿਹੜੇ ਚਿੱਠੇ ਮੈਂ ਖੋਲਣੇ ਸੀ ਤਾਂ ਕਰਕੇ ਮੈਨੂੰ ਸਵੇਰੇ 4:30 ਵਜੇ ਜਦੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਵਾਲੀ ਮੈਂ ਜਾ ਰਿਹਾ ਸੀ ਤਾਂ ਮੈਨੂੰ ਇਹਨਾਂ ਨੇ ਘਰੋਂ ਰੈਸਟ ਕਰ ਲਿਆ। ਕੋਈ ਨਹੀਂ ਫਿਕਰ ਨਾ ਕਰੋ ਸਾਰੇ ਜਣੇ ਤਕੜੇ ਰਹੋ ਮੈਂ ਤੁਹਾਡੇ ਨਾਲ ਹਾਂ। ਤੁਹਾਡਾ ਆਸ਼ੀਰਵਾਦ ਤੇ ਪਿਆਰ ਚਾਹੀਦਾ ਭਰਾਵਾਂ ਦਾ। ਕੋਈ ਗੱਲ ਨਹੀਂ ਇਹੋ ਜਿਹੀਆਂ ਜੇਲ੍ਹਾਂ ਤਾਂ ਆਈਆਂ ਤੇ ਗਈਆਂ। ਧੰਨਵਾਦ। ਇਹ DSP ਜੀਰਾ ਦੀ ਗੱਡੀ ਹੈ ਜਿਹਦੇ 'ਚ ਮੈਨੂੰ ਗ੍ਰਿਫਤਾਰ ਕੀਤਾ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜੀ ਵੀਡੀਓ ਭੇਜ ਰਿਹਾ ਕਿ ਦਾਰੂ ਦਾ ਜ਼ਖੀਰਾ ਔਰ ਨਸ਼ੇ ਨਾਲ ਹਮੇਸ਼ਾ ਦਾਰੂ ਨਾਲ ਜਿਹੜਾ ਟੁੰਨ ਰਹਿੰਦਾ ਘੱਟੋ ਘੱਟ 8-10 ਬੋਤਲਾਂ ਇਹਦੀ ਗੱਡੀ ਦੇ ਵਿੱਚ ਜਿਹੜੀਆਂ ਸੀ ਜਿਹੜੀਆਂ ਮੈਂ ਡਿੱਗੀ 'ਚ ਰਖਾਈਆਂ। ਮੈਂ ਕਿਹਾ ਅੱਜ ਸੰਗਰਾਂਦ ਦਾ ਦਿਹਾੜਾ ਮੈਂ ਬਾਬਾ ਬੁੱਢਾ ਸਾਹਿਬ ਚੱਲਿਆ ਸੀ ਇਹਨੂੰ ਕੱਢੋ। ਇਸ ਕਰਕੇ ਇਹ ਹਾਲਾਤ ਤੁਸੀਂ ਵੇਖ ਲਓ ਅੱਜ ਇਹੋ ਜਿਹੀਆਂ ਜਿਹੜੇ ਇਹਨਾਂ ਦੇ ਜਿਹੜੇ ਜਨਤਕ ਕਰਨੇ ਸੀ ਜਿਹੜੇ ਚਿੱਠੇ ਮੈਂ ਖੋਲਣੇ ਸੀ ਤਾਂ ਕਰਕੇ ਮੈਨੂੰ ਸਵੇਰੇ 4:30 ਵਜੇ ਜਦੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਵਾਲੀ ਮੈਂ ਜਾ ਰਿਹਾ ਸੀ ਤਾਂ ਮੈਨੂੰ ਇਹਨਾਂ ਨੇ ਘਰੋਂ ਰੈਸਟ ਕਰ ਲਿਆ। ਕੋਈ ਨਹੀਂ ਫਿਕਰ ਨਾ ਕਰੋ ਸਾਰੇ ਜਣੇ ਤਕੜੇ ਰਹੋ ਮੈਂ ਤੁਹਾਡੇ ਨਾਲ ਹਾਂ। ਤੁਹਾਡਾ ਆਸ਼ੀਰਵਾਦ ਤੇ ਪਿਆਰ ਚਾਹੀਦਾ ਭਰਾਵਾਂ।